ਕਿਸੇ ਨੂੰ ਕਿਸੇ ਦੇ ਪਤੀ ਨੇ ਛੱਡ ਦਿੱਤਾ ਅਤੇ ਕਿਸੇ ਨੂੰ ਪੁੱਤ ਨੇ ਤੇ ਕਈ ਲਾਵਾਰਿਸ ਹਾਲਾਤ ਵਿੱਚ ਮਿਲੇ। ਪਰ ਇੱਥੇ ਪਹੁੰਚਣ ਤੋਂ ਬਾਅਦ ਹਰੇਕ ਨੂੰ ਆਪਣੇ ਪਿਆਰਾਂ ਨਾਲੋਂ ਵਧੇਰੇ ਪਿਆਰ, ਆਪਣਾਪਨ ਅਤੇ ਦੇਖਭਾਲ ਮਿਲੀ। ਜੀ ਹਾਂ, ਅਸੀਂ ਇੱਕ ਅਜਿਹੇ ਘਰ ਬਾਰੇ ਗੱਲ ਕਰ ਰਹੇ ਹਾਂ ਜੋ ਆਪਣੇ ਨਾ ਹੋ ਕੇ ਵੀ ਸਾਡੇ ਆਪਣੇ ਘਰ ਨਾਲੋਂ ਵਧੀਆ ਸਾਬਿਤ ਹੋ ਰਿਹਾ। ਦੇਸ਼ ਦੇ ਕਿਸੇ ਕੋਨੇ ਵਿੱਚ ਕੋਈ ਲਾਵਾਰਿਸ ਜਾਂ ਬੇਸਹਾਰਾ ਵਿਅਕਤੀ ਸੜਕ 'ਤੇ ਦਮ ਨਾ ਤੋੜੇ, ਬਸ ਇਸੇ ਭਾਵਨਾ ਨਾਲ ਆਪਣਾ ਆਸ਼ਰਮ ਪਿਛਲੇ 20 ਸਾਲਾਂ ਤੋਂ ਬੇਸਹਾਰਾ ਲੋਕਾਂ ਲਈ ਸਭ ਤੋਂ ਵੱਡਾ ਆਸਰਾ ਬਣਿਆ ਹੋਇਆ। ਨੇਪਾਲ ਸਮੇਤ ਦੇਸ਼ ਭਰ ਵਿੱਚ ਕਈ ਸੂਬਿਆਂ 'ਚ ਆਪਣਾ ਘਰ ਦੀਆਂ 36 ਬ੍ਰਾਂਚਾਂ ਚੱਲ ਰਹੀਆਂ ਨੇ, ਜਿਨ੍ਹਾਂ ਵਿੱਚ ਇਸ ਵੇਲੇ 6,400 ਨਿਰਾਸ਼ ਅਤੇ ਬੇਸਹਾਰਾ ਲੋਕ ਰਹਿ ਰਹੇ ਨੇ। ਇੰਨਾ ਹੀ ਨਹੀਂ, ਆਪਣਾ ਘਰ ਆਸ਼ਰਮ ਦੇ ਸੰਸਥਾਪਕ ਡਾਕਟਰ BM ਭਾਰਦਵਾਜ ਅਤੇ ਮਾਧੁਰੀ ਭਾਰਦਵਾਜ ਦੇ ਯਤਨਾਂ ਅਤੇ ਬਿਹਤਰ ਦੇਖਭਾਲ ਸਦਕਾ 20 ਸਾਲਾਂ ਵਿੱਚ 22,000 ਲੋਕਾਂ ਨੂੰ ਤੰਦਰੁਸਤ ਕਰਕੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ ਹੈ। ਡਾਕਟਰ ਭਾਰਦਵਾਜ ਨੇ ਕਿਹਾ ਕਿ ਉਹਨਾਂ ਨਿਰਾਸ਼ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਸਾਲ 2000 ਵਿੱਚ ਆਪਣਾ ਘਰ ਆਸ਼ਰਮ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹੌਲੀ ਹੌਲੀ ਜਨਤਕ ਸਹਿਯੋਗ ਨਾਲ ਅੱਜ ਨੇਪਾਲ ਵਿੱਚ 1 ਅਤੇ ਪੂਰੇ ਭਾਰਤ ਵਿੱਚ 35 ਆਪਣਾ ਘਰ ਆਸ਼ਰਮ ਚੱਲ ਰਹੇ ਨੇ। ਉਹਨਾਂ ਵਿੱਚ ਇਸ ਸਮੇਂ 6,400 ਪ੍ਰਭੂਜਨ, ਬੇਸਹਾਰਾ ਬੱਚੇ, ਨੌਜਵਾਨ, ਔਰਤਾਂ, ਬਜ਼ੁਰਗ ਰਹਿੰਦੇ ਨੇ। ਆਪਣਾ ਘਰ ਵਿੱਚ ਨਾ ਸਿਰਫ ਬੇਸਹਾਰਾ ਲੋਕਾਂ ਦੀ ਦੇਖਭਾਲ ਅਤੇ ਇਲਾਜ ਕੀਤਾ ਜਾਂਦਾ ਹੈ, ਬਲਕਿ ਬਿਮਾਰ ਜ਼ਖਮੀ ਪਸ਼ੂਆਂ ਦਾ ਵੀ ਇਲਾਜ ਕੀਤਾ ਜਾਂਦਾ ਹੈ। ਡਾਕਟਰ ਭਾਰਦਵਾਜ ਨੇ ਕਿਹਾ ਕਿ ਸਾਲ 2000 ਤੋਂ ਪੂਰੇ ਦੇਸ਼ 'ਚ ਚੱਲ ਰਹੇ ਆਪਣਾ ਘਰ ਆਸ਼ਰਮ 'ਚ ਇੱਕ ਦਿਨ 'ਚ 4 ਤੋਂ 5 ਅਤੇ ਹਰ ਮਹੀਨੇ ਲਗਭਗ 150 ਪ੍ਰਭੂਜਨ ਤੰਦਰੁਸਤ ਹੋ ਕੇ ਉਹਨਾਂ ਦੇ ਪਰਿਵਾਰਾਂ ਨੂੰ ਭੇਜੇ ਜਾਂਦੇ ਨੇ। 10 ਲੋਕਾਂ ਦੀ ਟੀਮ ਇਸ ਲਈ ਕੰਮ ਕਰਦੀ ਹੈ। ਜਦ ਪ੍ਰਭੂਜਨ ਤੰਦਰੁਸਤ ਹੋ ਜਾਂਦੇ ਨੇ ਤਾਂ ਉਹ ਆਪਣੇ ਘਰ ਦਾ ਪਤਾ ਜਾਂ ਜਾਣਕਾਰੀ ਦਿੰਦੇ ਨੇ। ਫਿਰ ਟੀਮ ਦੇ ਮੈਂਬਰ ਸੰਬੰਧਿਤ ਥਾਣੇ ਆਦਿ ਰਾਹੀਂ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੂਚਿਤ ਕਰਦੇ ਨੇ ਅਤੇ ਉਹਨਾਂ ਦੇ ਆਸ਼ਰਮ ਆ ਕੇ ਪ੍ਰਭੂਜਨਾਂ ਨੂੰ ਆਪਣੇ ਨਾਲ ਲੈ ਜਾਂਦੇ ਨੇ। 20 ਸਾਲਾਂ ਵਿੱਚ 22,000 ਲੋਕਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ 50 ਦੇ ਕਰੀਬ ਬਾਂਗਲਾਦੇਸ਼ ਵੀ ਭੇਜੇ ਗਏ ਨੇ। ਡਾਕਟਰ ਭਾਰਦਵਾਜ ਨੇ ਕਿਹਾ ਕਿ ਆਪਣਾ ਘਰ ਆਸ਼ਰਮ ਵਿੱਚ ਰਹਿਣ ਵਾਲਿਆਂ ਦੀ ਦੇਖਭਾਲ ਅਤੇ ਸੇਵਾ ਲੋਕਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਜਦ ਵੀ ਆਪਣਾ ਘਰ ਆਸ਼ਰਮ ਵਿੱਚ ਕਿਸੇ ਚੀਜ਼ ਜਾਂ ਸਮੱਗਰੀ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਲਈ ਪ੍ਰਭੂ ਦੇ ਨਾਮ ਇੱਕ ਚਿੱਠੀ ਲਿਖੀ ਜਾਂਦੀ ਹੈ। ਇਸ ਨੂੰ ਪ੍ਰਭੂ ਦਾ ਨਾਮ ਚਿੱਠੀ ਨਾਮ ਦਿੱਤਾ ਗਿਆ। ETV ਭਾਰਤ ਦੀ ਰਿਪੋਰਟ।